ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਵਿਵਾਦ ਪਿੱਛਾ ਨਹੀਂ ਛੱਡ ਰਹੇ। ਹੁਣ ਬਲਦੇਵ ਸਿੰਘ ਸਿਰਸਾ ਵੱਲੋਂ ਇਲਜ਼ਾਮ ਲਗਾਇਆ ਗਿਆ ਕਿ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗੁਰੂ ਘਰਾਂ ਦੀਆਂ ਜ਼ਮੀਨਾਂ ਦਾ ਤਬਾਦਲਾ ਕਰਾ ਕੇ ਉਹਨਾਂ ਨੂੰ ਨੱਪਣ ਦੀ ਸਾਜ਼ਿਸ਼ ਘੜੀ ਗਈ ਸੀ, ਪਰ ਇਹ ਮਾਮਲਾ ਅਦਾਲਤ 'ਚ ਪਹੁੰਚਣ ਕਾਰਨ ਰੁਕ ਗਿਆ। ਤੁਸੀਂ ਵੀ ਦੇਖੋ ਬਲਦੇਵ ਸਿੰਘ ਸਿਰਸਾ ਨੇ ਕਿੰਝ ਗੋਬਿੰਦ ਸਿੰਘ ਲੌਂਗੋਵਾਲ ਨੂੰ ਦੱਸਿਆ ਭ੍ਰਿਸ਼ਟ। 29 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਅਜਲਾਸ ਤੇਜਾ ਸਿੰਘ ਸਮੁੰਦਰੀ ਹਾਲ 'ਚ ਸੱਦਿਆ ਗਿਆ, ਜਿੱਥੇ ਕਿ 154 ਵੋਟਾਂ ਹਾਸਲ ਕਰ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਬਣੇ, ਜਿਨ੍ਹਾਂ ਨੂੰ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਡੇਰਾ ਸਿਰਸਾ ਮਾਮਲੇ ਦੇ ਵਿੱਚ ਤਨਖਾਹੀਆ ਕਰਾਰ ਵੀ ਦਿੱਤਾ ਜਾ ਚੁੱਕਿਆ। ਅੱਜ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਬਲਦੇਵ ਸਿੰਘ ਸਿਰਸਾ ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਭ੍ਰਿਸ਼ਟ ਦੱਸਿਆ ਗਿਆ। ਉਹਨਾਂ ਆਖਿਆ ਕਿ ਲੌਂਗੋਵਾਲ ਪਿੰਡ ਦੇ ਭਾਈ ਮਨੀ ਸਿੰਘ ਗੁਰੂ ਘਰ ਤੇ ਬਾਬਾ ਆਲਾ ਸਿੰਘ ਚੁੱਲ੍ਹੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦਾ ਤਬਾਦਲਾ ਲੌਂਗੋਵਾਲ ਵੱਲੋਂ ਕਰਵਾਇਆ ਗਿਆ ਤੇ ਇਹ ਤਬਾਦਲਾ 4 ਏਕੜ ਜ਼ਮੀਨ ਜੋ ਕਿ ਕਰੋੜਾਂ ਦੇ ਭਾਅ ਦੀ ਹੈ ਉਸ ਨੂੰ ਹੜੱਪਣ ਲਈ ਕਰਵਾਇਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਵਾਂ ਪ੍ਰਧਾਨ ਬਾਦਲ ਪਰਿਵਾਰ ਦੀ ਜੇਬ ਚੋਂ ਕੱਢ ਕੇ ਲੋਕਾਂ ਸਿੱਖ ਕੌਮ ਦੇ ਸਾਹਮਣੇ ਲਿਆਂਦਾ ਹੈ। ਇਸ ਦਾ ਜਿਹੜਾ ਪਿਛੋਕੜ ਹੈ ਉਹਦੇ ਬਾਰੇ ਮਤਲਬ ਜਿਹੜਾ ਆ ਲਿਖਤੀ ਪ੍ਰੂਫ ਨੇ ਕਿ ਇਸ ਦਾ ਇਸਨੇ ਪਿਛਲੇ ਸਮੇਂ ਦੇ 2004 ਦੇ ਵਿੱਚ ਜੋ ਕਿ ਗੁਰਦੁਆਰਾ ਭਾਈ ਮਨੀ ਸਿੰਘ ਉਹਨਾਂ ਦੇ ਜਨਮ ਸਥਾਨ ਲੌਂਗੋਵਾਲ ਦੇ ਵਿੱਚ ਬਣਿਆ ਹੋਇਆ ਉਸ ਦਾ ਇਹ ਪ੍ਰਧਾਨ ਹੈ। ਉਹਦੀ ਜ਼ਮੀਨ ਸੀ ਕੋਈ 4.5 ਏਕੜ, ਉਹ ਢੱਡਰੀਆਂ ਪਿੰਡ ਦੇ ਵਿੱਚ ਪਿੰਡ ਕਲਰੀ ਕਿਸਮ ਦੀ ਜ਼ਮੀਨ ਸੀ। ਉਸ ਜ਼ਮੀਨ ਨੂੰ ਇਹਨੇ ਗੁਰਦੁਆਰਾ ਬਾਬਾ ਆਲਾ ਸਿੰਘ ਜੋ ਕਿ ਚੁੱਲ੍ਹੇ ਲੌਂਗੋਵਾਲ ਸ਼ਹਿਰ ਦੇ ਵਿੱਚ ਜ਼ਮੀਨ ਹੈ ਉਹਦੀ, ਉਸ ਜ਼ਮੀਨ ਦੇ ਨਾਲ ਭਾਈ ਮਨੀ ਸਿੰਘ ਵਾਲੇ ਗੁਰਦੁਆਰੇ ਦੀ ਜ਼ਮੀਨ ਦਾ 4.5 ਏਕੜ ਦਾ 4.5 ਏਕੜ ਨਾਲ ਤਬਾਦਲਾ ਕਰਕੇ ਉਸ ਜ਼ਮੀਨ ਨੂੰ ਹੜੱਪਣ ਵਾਸਤੇ ਇਹਨੇ ਸਾਰੀ ਕਾਰਵਾਈ ਕੀਤੀ। ਜਿਹੜਾ ਗੁਰਦੁਆਰਾ ਬਾਬਾ ਆਲਾ ਸਿੰਘ ਚੁੱਲ੍ਹੇ ਹੈ ਉੱਥੇ ਉਸ ਗੁਰਦੁਆਰੇ ਦਾ ਭਾਈ ਮਨੀ ਸਿੰਘ ਦੀ ਜ਼ਮੀਨ ਦੇ ਨਾਲ ਜਿਹੜਾ ਉਹ ਤਬਾਦਲਾ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਜਗ੍ਹਾ ਘੱਟ ਹੈ ਇਹਦਾ ਹੱਲ ਹੋ ਸਕੇ। ਔਰ ਉਸ ਟਾਈਮ ਦੀ ਸਬ ਕਮੇਟੀ ਬਾਬਾ ਟੇਕ ਸਿੰਘ ਧਨੌਲਾ ਅਤੇ ਉੱਥੋਂ ਦਾ ਲੋਕਲ ਮੈਂਬਰ ਜਿਹੜਾ ਉਦੇ ਸਿੰਘ ਹੈ ਇਹਨਾਂ ਸਾਰਿਆਂ ਨੇ ਮਿਲ ਕੇ ਅਤੇ ਉਹਦਾ ਮਤਾ ਪਾਸ ਕਰਕੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜਤਾ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਜਿਹੜਾ ਹੈਗਾ ਮੀਟਿੰਗ ਦੇ ਵਿੱਚ ਮਤਾ ਨੰਬਰ 1001 ਜਿਹੜਾ ਉਹ ਪਾਸ ਕਰਕੇ ਉਸ ਤਬਾਦਲੇ ਦੀ ਜਿਹੜੀ ਆ ਉਹ ਪ੍ਰਵਾਨਗੀ ਜਿਹੜੀ ਆ ਉਹ ਦੇ ਦਿੱਤੀ ਗਈ। ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਇਸ ਸੰਬੰਧੀ ਕੇਸ ਅਦਾਲਤ 'ਚ ਚੱਲ ਰਿਹਾ ਜੋ ਕਿ ਭਾਨ ਸਿੰਘ ਭੌਰਾ ਨਾਮ ਦੇ ਵਿਅਕਤੀ ਵੱਲੋਂ ਕੀਤਾ ਗਿਆ ਸੀ ਜੋ ਕਿ ਖੁਦ ਲੌਂਗੋਵਾਲ ਦਾ ਰਹਿਣ ਵਾਲਾ ਸੀ। ਜੋ ਕਿ ਕਾਨੂੰਨੀ ਪੱਖ ਦੇ ਉੱਤੋਂ ਇਹ ਜਿਹੜੀ ਜ਼ਮੀਨ ਸੀ ਭਾਈ ਮਨੀ ਸਿੰਘ ਗੁਰਦੁਆਰੇ ਵਾਲੀ ਇਹ ਕਿਸੇ ਸੱਜਣ ਨੇ ਦਾਨ ਵਿੱਚ ਦਿੱਤੀ ਹੋਈ ਸੀ ਔਰ ਖਾਨਾ ਕਾਸਤ ਵਿੱਚ ਉਹ ਜਿਹੜਾ ਮਾਫੀ ਹੈ ਮਾਲ ਖਾਨਾ ਮਾਲਕ ਜਿਹੜਾ ਖਾਨਾ ਮਾਲਕੀ ਜਿਹੜਾ ਹੈ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਉਹ ਖਾਨਾ ਮਾਲਕੀ ਵਿੱਚ ਮਾਫੀ ਸ਼ਬਦ ਹੈ ਭਾਵ ਇਹ ਜ਼ਮੀਨ ਨਾ ਕੋਈ ਵੇਚ ਸਕਦਾ ਅਤੇ ਨਾ ਤਬਾਦਲਾ ਕਰ ਸਕਦਾ। ਪਰ ਇਹਨੇ ਆਪਣਾ ਰਾਜਨੀਤਿਕ ਰਸੂਖ ਵਰਤ ਕੇ MLA ਸੀ ਬਾਦਲ ਪਾਰਟੀ ਦਾ ਅਤੇ ਬਾਦਲ ਪਾਰਟੀ ਦੇ ਗੁਰਦੁਆਰਿਆਂ 'ਤੇ ਕਬਜ਼ਾ ਅਤੇ ਉਹਨੇ ਆਪਣੀ ਇਹ ਜਿਹੜੀ ਉਸ ਟਾਈਮ ਦੀ ਐਗਜੈਕਟਿਵ ਸੀ ਉਹਨਾਂ ਦੇ ਕੋਲੋਂ ਪ੍ਰਧਾਨ ਬੀਬੀ ਜਗੀਰ ਕੌਰ ਦੇ ਕੋਲੋਂ ਇਹਨੇ ਜਿਹੜੀ ਆ ਉਹ ਜ਼ਮੀਨ ਹੜੱਪਣ ਵਾਸਤੇ ਜਿਹੜੀ 10 ਲੱਖ ਰੁਪਏ ਪਰ ਕਿਲੇ ਵਾਲੀ ਕੀਮਤ ਜਿਹੜੀ ਜ਼ਮੀਨ ਸੀ ਉਹਦਾ ਤਬਾਦਲਾ 1 ਕਰੋੜ ਰੁਪਏ ਵਾਲੀ ਜ਼ਮੀਨ ਦੇ ਨਾਲ ਕਰਕੇ। ਸੋ ਇਹ ਮੈਂ ਅੱਜ ਪ੍ਰੈਸ ਦੇ ਰਾਹੀਂ ਜਿਹੜਾ ਉਹ ਸੰਸਾਰ ਦੇ ਲੋਕਾਂ ਨੂੰ ਦੱਸ ਰਿਹਾ ਕਿ ਇਹ ਕਿੰਨਾ ਕੁ ਇਮਾਨਦਾਰ ਹੋਏਗਾ ਜਿਹੜਾ ਕਿ ਸਰਸੇ ਸਾਹਿਬ ਦਾ ਚੇਲਾ ਤਾਂ ਹੈ ਹੀ ਹੈ ਇਹ ਸਾਰਿਆਂ ਦੇ ਸਾਹਮਣੇ ਹੈ ਅਤੇ ਇਹਦੇ ਨਾਲ ਨਾਲ ਜਿਹੜਾ 2004 ਦੇ ਵਿੱਚ 4 ਕਰੋੜ ਰੁਪਏ ਦੀ ਪ੍ਰੋਪਰਟੀ ਗੁਰੂ ਘਰ ਦੀ ਲੁੱਟਣ ਜਾ ਰਿਹਾ ਸੀ ਅਤੇ ਹੁਣ ਇਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾ ਕੇ ਇਹ ਬਾਦਲ ਪਰਿਵਾਰ ਨੇ ਉਹਨੂੰ ਗੁਰੂ ਕੀ ਗੋਲਕ ਲੁੱਟਣ ਦਾ ਜਿਹੜਾ ਉਹ ਲਾਇਸੈਂਸ ਦੇ ਦਿੱਤਾ ਹੈ। ਦੇਖੋ ਜੀ ਇਹ ਜਿਹੜਾ ਕੇਸ ਹੈ ਜਦੋਂ ਇਹਨਾਂ ਨੇ ਤਬਾਦਲਾ ਜਿਹੜਾ ਸੀ ਕੀਤਾ ਉਸ ਟਾਈਮ ਦੇ ਉੱਤੇ ਲੌਂਗੋਵਾਲ ਪਿੰਡ ਤੋਂ ਜਿਹੜਾ ਸਰਦਾਰ ਭਾਨ ਸਿੰਘ ਭੌਰਾ ਉਹਨੇ ਜਿਹੜਾ ਉਹ ਕੇਸ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਜਿਹੜਾ ਸੀ ਉਹ ਕੀਤਾ ਹੋਇਆ ਔਰ ਉਹ ਕੇਸ ਜਿਹੜਾ ਗੁਰਦੁਆਰਾ ਜੁਡੀਸ਼ੀਅਲ ਦੇ ਵਿੱਚ ਆ ਭਾਨ ਸਿੰਘ ਨੇ ਕੀਤਾ ਹੈ ਜਿਹਦੀ ਕਾਫੀ। ਬਲਦੇਵ ਸਿੰਘ ਸਿਰਸਾ ਵੱਲੋਂ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਰਸੇ ਵਾਲੇ ਸਾਧ ਦਾ ਚੇਲਾ ਦੱਸਿਆ ਗਿਆ। ਉਹਨਾਂ ਆਖਿਆ ਕਿ ਅਜਿਹੇ ਵਿਅਕਤੀਆਂ ਦੇ ਹੱਥ 'ਚ ਨਾ ਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚੱਲ ਸਕਦਾ ਹੈ ਨਾ ਹੀ ਸਿੱਖੀ ਵੱਧ ਫੁੱਲ ਸਕਦੀ ਹੈ। ਦੇਖੋ ਜੀ ਮੈਂ ਇਹ ਗੱਲ ਕਹਾਂਗਾ ਕਿ ਜਿਸ ਬੰਦੇ ਦਾ ਪਿਛੋਕੜ ਇਸ ਤਰ੍ਹਾਂ ਦਾ ਹੋਵੇ
ਵੀ ਇੱਕ ਤਾਂ ਉਹ ਡੇਰੇਦਾਰਾਂ ਦਾ ਚੇਲਾ ਹੋਵੇ, ਫਿਰ ਗੁਰਮੀਤ ਰਾਮ ਰਹੀਮ ਬਲਾਤਕਾਰੀ ਸਾਧ ਉਹ ਚੇਲਾ, ਦੂਸਰੇ ਪਾਸੇ ਉਹ ਗੋਲਕ ਦਾ ਲੁਟੇਰਾ। ਆਹ ਜਿਹੜਾ ਪ੍ਰੂਫ ਨੇ ਸਾਰੇ ਲਿਖਤੀ ਵੀ ਗੁਰੂ ਘਰ ਦੀ ਜ਼ਮੀਨ ਲੁੱਟਣ, ਪਹਿਲਾਂ ਉਹ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਪ੍ਰਧਾਨ ਬਣ ਕੇ ਉਹ ਕੀ ਗੋਲਕ ਲਾਏਗਾ ਕਿ ਇਸ ਟਾਈਮ ਦੇ ਉੱਤੇ ਜੋ ਸਿੱਖ ਕੌਮ ਦੀ ਮਤਲਬ ਕਿ ਇੰਨੀ ਦੁਰਦਸ਼ਾ ਹੋ ਰਹੀ ਹੈ, ਜਿਹਦੇ ਵਿੱਚ ਸਾਡੇ ਜਿਹੜੇ ਬੱਚੇ ਨੇ ਉਹ ਪਤਿਤ ਹੋ ਰਹੇ ਨੇ, ਬੱਚੀਆਂ ਵੀ ਪਤਿਤ ਹੋ ਰਹੀਆਂ ਨੇ, ਸਿੱਖੀ ਨੂੰ ਐਡੀ ਵੱਡੀ ਢਾਹ ਲੱਗੀ ਹੈ ਅਤੇ ਜਿਹੜਾ ਪਹਿਲਾਂ ਡੇਰੇਦਾਰਾਂ ਦਾ ਚੇਲਾ ਅਤੇ ਉਹ ਸਿੱਖੀ ਨੂੰ ਕੀ ਪ੍ਰਫੁੱਲਤ ਕਰੇਗਾ? ਵਿਰੋਧ ਕਰੋਗੇ? ਦੇਖੋ ਜੀ, ਅਸੀਂ ਵੇਖੋ ਆਹ ਜਿਹੜੀਆਂ ਚੀਜ਼ਾਂ ਨੇ, ਮੈਂ ਹੁਣ ਇਸ ਕੇਸ ਦੇ ਜਿਹੜਾ ਇਹ ਸਾਰੇ ਡਾਕੂਮੈਂਟ ਲੈ ਕੇ ਕਾਨੂੰਨੀ ਲੜਾਈ ਲੜਨ ਵਾਸਤੇ ਵਕੀਲਾਂ ਨਾਲ ਵੀ ਰਾਏ ਕਰਾਂਗਾ ਔਰ ਇਸ ਚੀਜ਼ ਦਾ ਜਿਹੜਾ ਪੂਰੇ ਸੰਸਾਰ ਦੇ ਲੋਕਾਂ ਨੂੰ ਦੱਸ ਕੇ ਇਹ ਗੱਲ ਕਹਾਂਗਾ ਕਿ ਹੁਣ ਕਿੰਨਾ ਕੁ ਚਿਰ ਸੁੱਤਿਆ ਰਹਿਣਾ ਜੇ, ਵੀ ਹੁਣ ਤਾਂ ਉੱਠੋ ਵੀ ਇਹ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਪ੍ਰਧਾਨ ਇਹ ਬਾਦਲ ਬਣਾ ਕੇ ਅਤੇ ਸਿੱਖ ਕੌਮ ਦੀ ਜਿਹੜੀ ਨਬਜ਼ ਉੱਤੇ ਹੱਥ ਰੱਖ ਕੇ ਵੇਖਣਾ ਚਾਹੁੰਦਾ ਵੀ ਕਿਸੇ ਦਾ ਕੋਈ ਅਜੇ ਖੂਨ ਦਾ ਕੋਈ ਕਣ ਜਿਹੜਾ ਉਹਦੇ ਵਿੱਚ ਅਣਖ ਹੈਗੀ ਆ ਕਿ ਜਾਂ ਖਤਮ ਹੋ ਗਈ ਆ, ਕਿਉਂਕਿ ਜਿਹੜਾ ਪ੍ਰਧਾਨ ਬਣਾਇਆ ਇਹ ਸਰਸੇ ਸਾਹਿਬ ਦਾ ਚੇਲਾ ਅਤੇ ਐਡਾ ਕਰਪਟ ਆਦਮੀ ਜਿਹਨੂੰ ਪ੍ਰਧਾਨ ਬਣਾਤਾ ਅਤੇ ਇਹ ਆਉਣ ਵਾਲੇ ਸਮੇਂ 'ਚ ਕੀ ਕਰੇਗਾ, ਇਹਦੇ ਬਾਰੇ ਮੈਂ ਸਭ ਕੁਝ। ਬਲਦੇਵ ਸਿੰਘ ਸਿਰਸਾ ਵੱਲੋਂ ਗੋਬਿੰਦ ਸਿੰਘ ਲੌਂਗੋਵਾਲ 'ਤੇ ਇਲਜ਼ਾਮ ਲਗਾਏ ਗਏ ਨੇ ਅਤੇ ਉਹਨਾਂ ਇਹਨਾਂ ਇਲਜ਼ਾਮਾਂ ਨੂੰ ਪ੍ਰੂਫ ਕਰ ਲਏ ਅਦਾਲਤ ਜਾਣ ਦਾ ਐਲਾਨ ਵੀ ਕਰ ਦਿੱਤਾ। ਪਰ ਇਹ ਇਲਜ਼ਾਮ ਸੱਚੇ ਨੇ ਜਾਂ ਝੂਠੇ ਨੇ, ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਕਹਿਣਗੇ, ਸਭ ਦਾ ਇਸੇ ਦਾ ਇੰਤਜ਼ਾਰ ਹੈ। ਫਿਲਹਾਲ ਪ੍ਰਧਾਨ ਸਾਹਿਬ ਤਨਖਾਹੀਆ ਕਰਾਰ ਦਿੱਤੇ ਜਾਣ ਵਾਲੇ ਵਿਵਾਦ ਤੋਂ ਪਿੱਛਾ ਛਡਾਉਣ 'ਚ ਲੱਗੇ ਹੋਏ ਨੇ। ਬਿਊਰੋ ਰਿਪੋਰਟ, ਗਲੋਬਲ ਪੰਜਾਬ ਟੀਵੀ।